ਜਦ ਬਾਰੇ ਚੇ ਰੋਸ਼ਨੀ ਪਾਉਣ ਦੀ ਬਜਾਏ ਅਸੀਂ ਆਪਣਾ ਲੈਕਚਰ ਕਿਉਂ ਨਹੀਂ ਦੇ ਸਕਦੇ ਮੈਂ ਦੇਖੋ ਅੱਜ ਸਵਾਲ ਹੀ ਕੋਈ ਹੈ ਸਾਰੇ ਤင်း ਨਹੀਂ ਕੀਤੇ ਸਵਾਲ ਹਾਂ ਦੇਖੋ ਜੋ ਵੀ ਬੰਦਾ ਖਾ ਤੁਸੀਂ ਕਾਰੋਬਾਰ ਕਰਦੇ ਹੋ ਜਾਂ ਲਾਈਫ ਗੁਜ਼ਾਰੇ ਹੋ ਕਿਸੇ ਵੀ ਪੈਟਰਨ ਤੇ ਕੋਈ ਵੀ ਪ੍ਰੋਸੈਸ ਕੋਈ ਵੀ ਵਰਕਿੰਗ ਕਰਦੇ ਹੋ ਮੈਂ ਸਿੱਧਾ ਇਹੀ ਖੁਆਇਸ਼ ਰੱਖਣਿਆ ਕਿ ਆਪਣੀ ਸੋਚ ਜਿਹੜੀ ਆ ਉਹ ਇੰਤਹਾ ਹੀ ਮਉਸਬਤ ਹੋਣੀ ਚਾਹੀਦੀ ਹੈ ਆਦਰਵਾਇਜ਼ ਹਰ ਇਨਸਾਨ ਕੋ ਮਨਫੀ ਸੋਚ ਵੀ ਸਟੈਂਡ ਕਰਦੀ ਹੈ ਤੇ ਮੰਨਫੀ ਤੇ ਮਸਬਤ ਹੋਏ ਸੋਚਾਂ ਜ਼ਾਹਿਰ ਹੈ ਸਟੈਂਡ ਕਦੇ ਨੂੰ ਜਿਹੜੀ ਬਿਹਤਰ ਸੋਚ ਹੈ ਉਹ ਮਸਬਤ ਸੋਚ ਹੈ ਮਸਬਤ ਸੋਚ ਹੋਏਗੀ ਤੇ ਸੋਚ ਕੀ ਕਰਦੀ ਹੈ ਇੰਨਾ ਮੈਂ ਜ਼ੋਰ ਦੇ ਰਿਹਾ ਸੋਚ ਤੇ ਸੋਚ ਜ਼ਾਹਿਰ ਹੈ ਕਮਾਂਡ ਕਰਦੀ ਹੈ ਕਿਸ ਚੀਜ਼ ਨੂੰ ਕਮਾਂਡ ਕਰਦੀ ਹੈ ਸਾਡੀ ਕਮਿਊਨੀਕੇਸ਼ਨ ਨੂੰ ਕਮਾਂਡ ਕਰਦੀ ਹੈ ਸੋਚ ਯਾਨੀ ਸਾਡੀ ਜਿਹੜੀ ਗੁਫ਼ਤਗੂ ਹੈ ਉਹਨੂੰ ਕਮਾਂਡ ਕਰੀ ਹੁੰਦੀ ਹੈ ਸੋਚ ਅਗਰ ਕਮਿਊਨੀਕੇਸ਼ਨ ਜਿਹੜੀ ਆ ਉਹਨੂੰ ਅਗਰ ਸੋਚ ਕਮਾਂਡ ਕਰ ਦੇ ਤਾਂ ਕਮਿਊਨੀਕੇਸ਼ਨ ਕਿਨੂੰ ਕਮਾਂਡ ਕਰਦੀ ਹੈ ਕਮਿਊਨੀਕੇਸ਼ਨ ਜਿਹੜੀ ਆ ਉਹ ਸਾਡੇ ਬਿਹੇਵੀਅਰ ਨੂੰ ਕਮਾਂਡ ਕਰੀ ਹੁੰਦੀ ਹੈ ਔਰ ਬਿਹੇਵੀਅਰ ਕਿਨੂੰ ਕਮਾਂਡ ਕਰਿਆ ਹੁੰਦਾ ਪੂਰੇ ਮਾਸ਼ਰੇ ਨੂੰ ਪੂਰੀ ਮਹਿਫਲ ਨੂੰ ਕਮਾਂਡ ਕਰਿਆ ਹੁੰਦਾ ਬਿਹੇਵੀਅਰ ਇਨਸਾਨ ਜੋ ਸ਼ੋਅ ਕਰਿਆ ਹੁੰਦਾ ਉਹਦਾ ਬਿਹੇਵੀਅਰ ਜਿਹੜਾ ਸ਼ੋਅ ਕਰਿਆ ਹੁੰਦਾ ਜ਼ਾਹਿਰ ਹੈ ਅੰਦਰ ਵੜ ਕੇ ਤਾਂ ਕੋਈ ਨਹੀਂ ਦੇਖਦਾ ਉਹੀ ਉਹਦਾ ਖਾਨਦਨ ਜ਼ਾਹਿਰ ਕਰਿਆ ਹੁੰਦਾ ਜਿਹੜਾ ਉਹ ਬਿਹੇਵੀਅਰ ਜ਼ਾਹਿਰ ਕਰਿਆ ਹੁੰਦਾ ਉਹੀ ਉਹਦੀ ਤਾਲੀਮ ਜ਼ਾਹਿਰ ਹੋ ਰਹੀ ਹੁੰਦੀ ਹੈ ਉਹਦੇ ਤੋਂ ਓਏ ਕਿਸ ادارے ਤੋਂ ਪੜਿਆ ਉਹ ਜ਼ਾਹਿਰ ਹੋ ਰਿਹਾ ਹੁੰਦਾ ਯਾਨੀ ਘਰ ਵੀ ਇੱਕ ਆਧਾਰ ਹੈ ਬੜਾ ਵੱਡਾ ਬਲਕਿ ਵੱਡਾ ਆਧਾਰਾ ਘਰ ਹੀ ਹੈ ਘਰ ਤੋਂ ਬਾਅਦ ਜਿਹੜੀ ਸਕੂਲਿੰਗ ਹੈ ਹਮ ਸਕੋਲਿੰਗ ਤੋਂ ਬਾਅਦ ਜਨਾਬ ਤੁਹਾਡੇ ਸਾਹਮਣੇ ਜਿਹੜਾ ਕਾਲਜ ਹੈ ਜਾਂ ਜਿਸ معاشਰੇ ਚੋਂ ਰਿਹਾ ਹੈ ਜਾਂ ਜਿਸ ਮਾਹੌਲ ਚੋਂ ਪਲਿਆ ਪੋਸਿਆ ਹੈ ਇਹ ਸਾਰੀਆਂ ਚੀਜ਼ਾਂ ਉਹਦਾ ਜਦੋਂ ਰਵਈਆ ਸਾਹਮਣੇ ਆਂਦਾ ਹੈ ਉਹਦੇ ਤੋਂ ਜ਼ਾਹਿਰ ਹੁੰਦੀਆਂ ਨੇ ਤੇ ਰਵਈਏ ਦੇ ਪਿੱਛੇ ਕਿਹੜੀ ਚੀਜ਼ ਖੇਡ ਰਹੀ ਹੈ ਜ਼ਾਹਿਰ ਹੈ ਉਹਦੀ ਗੁਫ਼ਤਗੋਈ ਖੇਡ ਰਹੀ ਹੈ ਤੇ ਗੁਫ਼ਤਗੋਈ ਦੇ ਪਿੱਛੇ ਕਿਹੜੀ ਚੀਜ਼ ਖੇਡ ਰਹੀ ਹੈ ਉਹ ਸੋਚ ਜਿਹਨੂੰ ਸੋਚ ਮੈਂ ਕਹਿ ਰਿਹਾ ਬਾਰ-ਬਾਰ ਤੇ ਉਹਦਾ ਸੋਚ ਜਿਹੜੀ ਹੈ ਉਹ ਸਾਡੀ ਇੰਤਹਾ ਹੀ ਮੁਸਬਤ ਹੋਣੀ ਚਾਹੀਦੀ ਹੈ ਔਰ ਅਗਰ ਮੁਸਬਤ ਸੋਚ ਹੋਏਗੀ ਤੇ ਜ਼ਾਹਿਰ ਹੈ असी अपनी जात तो बहर निकल के ना फिर माशरे के या दूसरे लोगों के काम आन के बारे सोच सकते मेन मकसद लोग पुछते अल्लाह ने सू जब तू अफजल बनाया सब तू प्यारा बनाया और पूरी कायना की कमान भी दी और अपना नैप बनाता है। मेन मकसद ये है कि अलाह की जी मखलूक है प्यार किया जाए और वह काम आया जाए अल्लाह की मखलूक के काम आया जाए ਕੌਣ ਕੇ ਨਾਕਾਮ ਆਂਦਾ ਯਕੀਨ ਕਰੋ ਅਗਲੇ ਜਹਾਨ ਤੇ ਮੈਂ ਜਾ ਕੇ ਇਹ ਦੇਖਿਆ ਨਹੀਂ ਲੇਕਿਨ ਇਸ ਜਹਾਨ ਚ ਤੇ ਮੈਂ ਬਸ ਨਾ ਪਿਆ ਰਹਿਣਾ ਪਿਆ ਇਸ ਜਹਾਨ ਚ ਸਾਰੀਆਂ ਚੀਜ਼ਾਂ ਆਵਾਜ਼ ਆ ਹੋ ਰਹੀ ਹੁੰਦੀਆਂ ਨੇ ਜੇ ਇਨਸਾਨ ਦੂਸਰਿਆਂ ਦੇ ਕੰਮ ਆਇਦੇ ਲਾਜ਼ਮ ਦੂਸਰਿਆਂ ਦੇ ਕੰਮ ਆਣਾ ਚਾਹੀਦਾ ਔਰ ਅਬਾਦਨ ਕਪੈਸਿਟੀ ਨਹੀਂ ਮੈਂ ਕਹਿ ਰਿਹਾ ਅੰਡਰ ਦਾ ਕਪੈਸਿਟੀ ਆਣਾ ਚਾਹੀਦਾ ਜਿੰਨਾ ਹੋ ਸਕਦਾ ਉਹ ਦੂਸਰਿਆਂ ਦੇ ਕੰਮ ਆਣਾ ਚਾਹੀਦਾ ਜੇ ਕਿਸੇ ਕੋਲੋਂ ਕਿਸੇ ਦੀ ਜ਼ੁਬਾਨ ਨਾਲ ਕਿਸੇ ਨੂੰ ਫਾਇਦਾ ਪਹੁੰਚਦਾ ਜਾਂ ਕਿਸੇ ਦੇ ਇੱਕ ਹੈ ਐਕਸ਼ਨਲ ਫਾਇਦਾ ਪਉਂਦਾ ਤੇ ਮੇਰੇ ਖਿਆਲ ਕਰ ਗੁਜ਼ਰਨਾ ਚਾਹੀਦਾ ਆਪਣੀ ਜ਼ਾਤ ਵਾਸਤੇ ਸਾਰੇ ਕਰਦੇ ਨੇ ਲੇਕਿਨ ਈਦੀ ਉਦੋਂ ਬੰਦਾ ਬੰਦਾ ਜਦੋਂ ਮਾਰ ਰੋੜ ਤੇ ਲੋਕਾਂ ਵਾਸਤੇ ਮੰਗਦਾ ਔਰ ਉਹਦੀ ਖਲੜੀ ਚ ਕਿਤੇ ਖੌਫ ਨਜ਼ਰ ਨਹੀਂ ਸਿਆ ਰਿਹਾ ਮੈਂ ਉਹਨੂੰ ਆਪ ਦੇਖਿਆ ਮਾਰ ਰੋੜ ਤੇ ਹਾਰ ਰੋੜ ਦੇ ਸਾਹਮਣੇ ਮੰਗਦਿਆ ਤੇ ਉਹ ਜ਼ਾਹਿਰ ਹੈ ਜਦੋਂ ਤੁਸੀਂ ਲੋਕਾਂ ਵਾਸਤੇ ਕਰਦੇ ਹੋ ਦੇ ਅੱਲਾਹ ਪਾਕ ਰਹਿਨਮਾਈ ਕਰਦੇ ਨੇ ਇਨਸਾਨ ਦੀ ਅੱਲਾਹ ਪਾਕ ਮਦਦ ਕਰ ਲਾ ਬੰਦੇ ਨੇ ਮਿਹਰਬਾਨੀ ਕਰਦੇ ਨੇ ਔਰ ਦੇਖਿਆ ਹੁਣਾ ਉਹਨਾਂ ਹੀ ਲੋਕਾਂ ਦਾ ਨਾਂ ਦੁਨੀਆ ਤੇ ਜ਼ਿੰਦਾ ਰਿਹਾ ਹੈ ਜਿਹੜਾ ਨੇ ਦੂਸਰਿਆਂ ਦੇ ਕੰਮ ਆਏ ਨਹੀਂ ਜਿਹੜੇ ਜਿਹੜੇ ਆਪਣੀ ਜ਼ਾਤ ਹੱਤਾ ਕਰ ਰਹੇ ਨੇ ਉਹਨਾਂ ਦਾ ਨਾਂ ਨਹੀਂ ਰਿਹਾ ਭਾਵੇਂ ਉਹ ਖਰਪਤੀ ਨੇ ਉਹਨਾਂ ਦਾ ਨਾਂ ਨਹੀਂ ਰਿਹਾ ਵੀਦੀ ਕੋ ਖਰਪਤੀ ਨਹੀਂ ਸੀ ਆਗਾ ਤੇ ਖਰਪਤੀ ਕੈਨ ਬਣਾਇਆ ਜਦੋਂ ਇਨਸਾਨਾਂ ਦੇ ਕੰਮ ਆਣ ਲਾ ਪਿਆ ਇਨਸਾਨਾਂ ਉਹੜ ਕੇ ਉਹਨੂੰ ਖਰਪਤੀ ਬਣਾ ਦਤਾ ਇਨਸਾਨਾਂ ਨੇ ਕਿ ਨਹੀਂ ਸਾਡੇ ਕੋਲ ਹੈ ਤਾਹਿਰ ਸਾਹਿਬ ਮਾਸ਼ਾਅੱਲਾ ਮੈਂ ਦੇਖਦੇ ਨੇ ਅੱਲਾਹ ਕਰੇ ਕਿ ਇਹ ਏਜੀ ਆਫਿਸ ਤੋਂ ਇਹਨਾਂ ਦੀ ਜਾਨ ਛੁੱਟ ਜੇ ਤੇ پارک 'ਚ ਹੀ ਫਿਰਦੇ ਰਹਿਣ ਤੇ ਮੇਰਾ ਖਿਆਲ ਹੈ ਜਿੰਨੀ ਮਹਿਫਲ ਇਹ ਸਜਾ ਸਕਦੇ ਨੇ ਜਿੰਨਾ ਅੱਛਾ ਇਹ ਕੰਮ ਕਰ ਸਕਦੇ ਨੇ ਮੈਂ ਆਪਣੇ ਆਪ ਨੂੰ ਵੀ ਇਸ ਸੈਂਸ ਵਿੱਚ ਡੈਫੀਸ਼ੈਂਟ ਮਹਿਸੂਸ ਕਰ ਰਿਹਾ ਯਕੀਨ ਕਰੋ ਬਹੁਤ ਡੈਫੀਸ਼ੈਂਟ ਮਹਿਸੂਸ ਕਰ ਰਿਹਾ ਕਤਾਏ ਸਾਹਿਬ ਇਸ ਤਰ੍ਹਾਂ ਇਸ ਤਰ੍ਹਾਂ ਹਰ ਬੰਦੇ ਨੂੰ ਮੇਰੇ ਖਿਆਲ ਹੈ ਕਿਸੇ ਦੇ ਕੰਮ ਆਉਣਾ ਚਾਹੀਦਾ ਹੈ ਇਸ ਕੰਮ ਲਈ ਹੀ ਅੱਲਾ ਪਾਕ ਨੇ ਇਨਸਾਨ ਨੂੰ ਪੈਦਾ ਕੀਤਾ ਯਾਰ ਸਭ ਤੋਂ ਅਫਸਲ ਵੀ ਰੱਖਿਆ ਹੈ ਕਮਾਨ ਦੇ ਕੇ ਕਾਇਨਾਤ ਦੀ ਨਾਲ ਆਪਣਾ ਨੈਬ ਵੀ ਰੱਖਿਆ ਸਿਰਫ ਇਸ ਕੰਮ ਵਾਸਤੇ ਤੇ ਅਸੀਂ ਇੱਕ ਦੂਸਰੇ ਦੇ ਕੰਮ ਆਈਏ ਤੇ ਇਨਸ਼ਾ ਅੱਲਾ ਮੈਨੂੰ ਉਮੀਦ ਹੈ ਕਿ ਅੱਜ ਦਾ ਜਿਹੜਾ ਮੈਸੇਜ ਆਇਆ ਇਹ ਚੱਲ ਗਿਆ ਕਿ ਅਸੀਂ ਜਰੂਰ ਇੱਕ ਦੂਸਰੇ ਦੇ ਕੰਮ ਆਣਗੇ ਕੱਲ ਸਾਫੀਆਂ ਨੂੰ ਕੀਤਾ ਅਸੀਂ ਪ੍ਰੈਸ ਕਲੱਬ ਵਾਲਿਆਂ ਨੂੰ ਦੇਖਿਆ ਨਾ ਸੁਣਿਆ ਨਾ ਪਾਰਕ ਚ ਰੇਂਜ ਕੀਤਾ ਅਸੀਂ ਉਹ ਕਮਾਲਉਦੀਨ ਕਮਾਲ ਤਾਹਿਰ ਸਾਹਿਬ ਦਾ ਸੀ ਆ ਲੇਕਨ ਮੈਨੂੰ ਮੌਕਾ ਮਿਲਿਆ ਤਾਂ ਮੈਂ ਉਹਨਾਂ ਨੂੰ ਇਹ ਜ਼ਰੂਰ ਕਿਹਾ ਮੈਂ ਉਹਨਾਂ ਨੂੰ ਜ਼ਰੂਰ ਕਿਹਾ ਕਿ ਭਈ ਗੁਫਤਗੋ ਕਰਦੇ ਆ ਹਾਦ ਦਾ ਤੈਅਨ ਕਰੋ ਹਾਦ ਦਾ ਤੈਅਨ ਕਰੋ ਉਹ ਹਾਦ ਦਾ ਤੈਅਨ ਨਹੀਂ ਕਰਦੇ ਜਿਸ ਵਕਤ ਉਹ ਗੁਫਤਗੋ ਕਰ ਰਹੇ ਹੁੰਦੇ ਨੇ ਹਾਦ ਦਾ ਤੈਅਨ ਨਹੀਂ ਕਰਦੇ ਦੇਖੋ ਵਰਕਿੰਗ ਆਪਣੀ ਹਰ ਬੰਦਾ ਕਰੇ ਵਰਕਿੰਗ ਜਾਂ ਟਾਰਗੇਟ ਹਰ ਬੰਦਾ ਆਪਣਾ ਅਚੀਵ ਕਰੇ ਜਾਂ ਉਸ ਤਰਫ ਮੂਵ ਕਰੇ ਵਰਕਿੰਗ ਕਰੇ ਲੇਕਨ ਹਾਦ ਦਾ ਤੈਅਨ ਕਰਨਾ ਚੀਜ਼ ਹੈ ਕਿ ਆ ਅਸੀਂ ਜਿਹੜੀ ਗੁਫ਼ਤਗੋ ਕਰਿਆ ਉਹ ਮناسب ਹੈ ਕਿਸ ਦੀ ਦਿਲਦਾਰੀ ਤੇ ਨਹੀਂ ਕਰੀ ਕਿਸ ਨੂੰ ਦੁੱਖ ਤੇ ਨਹੀਂ ਪਹਚਾਰੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਔਰ ਜਦੋਂ ਮناسب ਅਲਫਾਜ਼ ਦਾ ਚਨਾਉ ਤੁਸੀਂ ਕਰਦੇ ਹੋ ਤੇ ਉਹਦੇ ਨਾਲ ਇਹ ਵੀ ਚੀਜ਼ ਸ਼ਾਮਲ ਹੁੰਦੀ ਹੈ ਕਿ ਜਨਾਬ ਐਡੀ ਸਾਡੀ ਬਾਡੀ ਐਕਸ਼ਨ ਹੈ ਇਹ ਵੀ ਕੁਝ ਜ਼ਾਹਿਰ ਕਰ ਰਿਹਾ ਹੁੰਦਾ ਹੈ ਇਹ ਉਹਦੇ ਨਾਲ ਅਟੈਚ ਹੋਣੀ ਚਾਹੀਦੀ ਹੈ ਕਿ ਅਗਰ ਮناسب ਗੁਫ਼ਤਗੋ ਤਾਂ ਕਿਹਾ ਸਾਡੀ ਬਾਡੀ ਐਕਸ਼ਨ ਵਿੱਚ ਦੀਮਾਪਨ ਨਜ਼ਰ ਆਉਂਦਾ ਹੈ ਹੈ ਨਾ ਲਬੋ ਲਹਿਜੇ ਚ ਦੀਮਾਪਨ ਨਜ਼ਰ ਆਉਂਦਾ ਹੈ ਇਹ ਬਹੁਤ ਜ਼ਰੂਰੀ ਚੀਜ਼ ਹੈ ਤੇ ਮੇਰੇ ਖਿਆਲ ਚ ਸਾਰਾ ਮੈਸੇਜ ਜਿਹੜਾ ਐ ਨਾ ਹੀ ਕਾਫੀ ਐ ਕਿ ਅੱਛੀ ਸੋਚ ਅੱਛੀ ਗੁਫਤਗੋ ਅੱਛੀ ਮਹਿਫਲ ਤੇ ਦੋ ਚੀਜ਼ਾਂ ਦੀ ਪਾਕਿਸਤਾਨ ਚ ਕਮੀ ਐ ਉਹ ਦੋਵਾਂ ਚੀਜ਼ਾਂ ਨੂੰ ਅਸਾਂ ਮੈਨ ਨਹੀਂ ਕਰਨਾ ਕਿਹੜੀਆਂ ਦੋ ਚੀਜ਼ਾਂ ਦੀ ਕਮੀ ਐ ਅੱਛੀ ਗੁਫਤਗੋ ਅੱਛੀ ਮਹਿਫਲ ਇਹ ਦੋਵਾਂ ਚੀਜ਼ਾਂ ਦੀ ਕਮੀ ਐ ਤੇ ਦੋਹੇ ਚੀਜ਼ਾਂ ਕੌਣ ਸਜਾ ਸਕਦੇ ਨੇ ਅਸੀਂ ਖੁਦ ਸਜਾ ਸਕਦੇ ਹਾਂ ਕਿ ਨਹੀਂ ਆਪਣੀ ਜ਼ੁਬਾਨ ਨਾਲ ਆਪਣੇ ਲਬੋ ਲਹਿਜੇ ਨਾਲ ਆਪਣੇ ਰਵਈਏ ਨਾਲ ਦੋ ਚੀਜ਼ਾਂ ਸਦਾ ਅੱਛੀ ਗੁਫ਼ਤਗੋ ਅੱਛੀ ਮਹਿਫਲ ਸੋਚੋ ਜ਼ਰਾ ਕਿ ਕਾਇਨਾਤੇ ਖਰ ਤਰ੍ਹਾਂ ਦਾ ਕਾਰੋਬਾਰ ਹੋ ਰਿਹਾ ਹੈ ਲੇਕਿਨ ਇਹ ਦੋ ਚੀਜ਼ਾਂ ਦੀ ਕਮੀ ਹੈ ਔਰ ਅਸੀਂ ਮਹਿਸੂਸ ਕਰਨੇ ਆ ਕਿ ਜੀ ਬੱਚੇ ਫਿਰ ਸਾਡੀ ਇੱਜ਼ਤ ਕਿਉਂ ਨਹੀਂ ਕਰਦੇ ਬੱਚੇ ਕਿਸ ਤਰ੍ਹਾਂ ਇੱਜ਼ਤ ਕਰਨਗੇ ਜਦੋਂ ਦੋਹੇ ਚੀਜ਼ਾਂ ਉਹਨਾਂ ਨੂੰ ਹਾਸਲ ਹੀ ਨਹੀਂ ਹੈ ਨਾ ਅੱਛੀ ਮਹਿਫਲ ਮਹਿਫਲ ਹਾਸਲ ਹੈ ਬੱਚਿਆਂ ਨੂੰ ਨਾ ਅੱਛੀ ਗੁਫ਼ਤਗੋ ਹਾਸਲ ਹੈ ਇਹ ਦੋਵਾਂ ਦੋਹੇ ਚੀਜ਼ਾਂ ਅਸਾਂ ਦੇਣੀਆਂ ਨੇ ਤਾਂ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਦੇਾਂਗੇ ये दो चीज़ें ताकि बच्चे भी इस तरफ तोजो देन साज्जत करे को सीख भी दो दोए फायदे होने क्यों सर तो बहुत शुक्रिया बहुत मेहरबानी अल्लाह हाफाज